ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਪੰਜਾਬ ਵਿੱਚ ਜਿਹੜਾ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਦੇ ਉੱਤੇ ਤੇ ਸਰਕਾਰੀ ਜ਼ਮੀਨਾਂ ਦੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਉਹ ਕਬਜ਼ਾ ਛਡਾਉਣ ਵਾਲੀ ਮੁਹਿੰਮ ਜਿਹੜੀ ਹੈ ਉਹ 1 ਮਈ ਤੋਂ ਅਸੀਂ ਸ਼ੁਰੂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਸਾਡੇ ਕੋਲ ਅੰਦਾਜ਼ਨ 50,000 ਏਕੜ ਜ਼ਮੀਨ ਇੱਦਾਂ ਦੀ ਹੈ ਜਿਹੜੀ ਅਸੀਂ ਅਗਲੇ ਦਿਨਾਂ ਦੇ ਵਿੱਚ ਛਡਾਉਣੀ ਹੈ ਪਰ ਅਸੀਂ ਅਜੇ ਜਿਹੜਾ ਆਪਣਾ ਫੋਕਸ ਹੈ ਉਹ ਖੇਤੀਬਾੜੀ ਵਾਲੀਆਂ ਜ਼ਮੀਨਾਂ 'ਤੇ ਕੀਤਾ ਕਿਉਂਕਿ 10 ਜੂਨ ਤੋਂ ਬਾਅਦ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਅਸੀਂ ਪਹਿਲਾਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਛਡਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਮੋਹਾਲੀ ਦੇ ਚਾਰਸਪੇ ਦੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਉੱਥੇ ਜਿਹੜੀਆਂ ਸਾਡੀਆਂ ਜ਼ਮੀਨਾਂ ਉਸ ਤੋਂ ਬਾਅਦ ਅਸੀਂ ਉੱਥੇ ਆਪਣਾ ਫੋਕਸ ਜਿਹੜਾ ਕਰਾਂਗੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਗੁਰਦਾਸਪੁਰ ਦੇ ਵਿੱਚ ਆਪਾਂ ਬੈਠੇ ਅੱਜ ਸਾਡੇ ਕਿਸਾਨਾਂ ਨੇ ਕੰਧਮਾਲ ਹਲਕੇ ਦੇ ਸਾਡੇ ਕਿਸਾਨਾਂ ਨੇ ਸਾਡੇ ਕਿਸਾਨ ਆਗੂ ਕਵਲਜੀਤ ਸਿੰਘ ਕਾਕੀ ਜੀ ਦੀ ਪ੍ਰੇਰਨਾ ਨਾਲ ਜਗਰੂਪ ਸਿੰਘ ਸੇਖਵਾਂ ਜੀ ਸਾਡੇ ਇੱਥੇ ਲੀਡਰ ਨੇ ਇਹਨਾਂ ਦੀ ਪ੍ਰੇਰਨਾ ਦੇ ਨਾਲ DC ਸਾਹਿਬ ਬੈਠੇ ਆ SSP ਸਾਹਿਬ ਬੈਠੇ ਆ ਗੁਰਦਾਸਪੁਰ ਦੇ DDPO ਸਾਹਿਬ ਬੈਠੇ ਆ ADC ਸਾਹਿਬ ਬੈਠੇ ਆ ਸਾਰੇ BDO ਸਾਹਿਬ ਸਾਡੇ ਸ਼ਹਿਰੀ ਕਲਸੀ ਜੀ MLA ਸਾਡੇ ਪਾਰਟੀ ਦੇ ਸਾਰੇ ਲੀਡਰ ਅੱਜ ਇੱਥੇ ਬੈਠੇ ਆ ਇਹਨਾਂ ਦੀ ਪ੍ਰੇਰਨਾ ਦੇ ਨਾਲ 50 ਕਿਸਾਨਾਂ ਨੇ ਕਾਨੂੰਨ ਵੇਟ ਉੱਥੇ ਇੱਕ ਮਿਹੜੇ ਪਿੰਡ ਹੈ ਉੱਥੇ ਕਾਨੂੰਨ ਵੇਟ ਦੇ ਵਿੱਚ 37 ਏਕੜ ਅਤੇ ਮਿਹੜੇ ਦੇ ਵਿੱਚ ਜਿਹੜਾ 82 ਏਕੜ ਜ਼ਮੀਨ ਆਪ ਇੱਥੇ ਆ ਕੇ ਆਪ ਕਿਸਾਨ ਦੇ ਕੇ ਗਏ ਕਿ ਆ ਲਓ ਜੀ ਅਤੇ ਸਾਨੂੰ ਲੀਜ਼ 'ਤੇ ਦੇ ਦਿਓ 119 ਏਕੜ ਟੋਟਲ ਜ਼ਮੀਨ ਹੈ ਔਰ ਇਹਨਾਂ ਨੇ ਕਿਹਾ ਕਿ ਅਸੀਂ ਜ਼ਮੀਨ ਨੂੰ ਵਾਈਯੋਗ ਬਣਾਇਆ ਸੀਗਾ ਇਸ ਕਰਕੇ ਇਹਨਾਂ ਨੂੰ ਹੀ ਪਹਿਲ ਦਿੱਤੀ ਹੈ ਉਹੀ ਜ਼ਮੀਨ ਇਹਨਾਂ ਕਿਸਾਨਾਂ ਨੂੰ ਦੁਬਾਰਾ ਅਸੀਂ 3 ਸਾਲ ਲਈ ਜਿਹੜਾ ਉਹ ਲੀਜ਼ ਦੇ ਉੱਤੇ ਦਿੱਤੀ ਹੈ ਸਰ ਜੇ ਬਾਕੀ ਪੰਜਾਬ ਦੇ ਵਿੱਚੋਂ ਵੀ ਇੱਦਾਂ ਕਿਸਾਨ ਕਰਨਗੇ ਅਸੀਂ 3 ਸਾਲ ਵਾਸਤੇ ਇਹਨਾਂ ਨੂੰ ਲੀਜ਼ 'ਤੇ ਦਿੱਤੀ ਹੈ ਪੰਜਾਬ ਸਰਕਾਰ ਜਲਦੀ ਮਾਨ ਸਾਹਿਬ ਦੀ ਸਰਕਾਰ ਜਲਦੀ ਇੱਕ ਪਾਲਿਸੀ ਬਣਾ ਰਹੀ ਹੈ ਕਿ ਜੇ ਜਿਨ੍ਹਾਂ ਨੇ ਜ਼ਮੀਨ ਵਾਈਯੋਗ ਬਣਾਈ ਸੀਗੀ ਜੇ ਉਹ ਲੋਕ ਜ਼ਮੀਨ ਮੁੱਲ ਲੈਣੀ ਚਾਹੁੰਦੇ ਆ ਤਾਂ ਸਰਕਾਰ ਉੱਤੇ ਇੱਕ ਪਾਲਿਸੀ ਤਿਆਰ ਕਰ ਰਹੀ ਹੈ ਜਦੋਂ ਪਾਲਿਸੀ ਤਿਆਰ ਹੋ ਗਈ ਅਸੀਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਬਾਤ ਕੀਤੀ ਜਿਨ੍ਹਾਂ ਨੇ ਵਾਈਯੋਗ ਬਣਾਈ ਹੈ ਪਹਿਲਾ ਮੌਕਾ ਉਹਨਾਂ ਨੂੰ ਦਾਂਗੇ ਕਿ ਜੇ ਤੁਸੀਂ ਜ਼ਮੀਨ ਲੈਣੀ ਹੈ ਜੋ ਉਸ ਸਮੇਂ ਕਲੈਕਟਰ ਰੇਟ ਹੋਊਗਾ ਗੌਰਮੈਂਟ ਦਾ ਜਿਹੜਾ ਕਲੈਕਟਰ ਰੇਟ ਹੋਊਗਾ ਉਹਦੇ ਅਨੁਸਾਰ ਜਿਹੜਾ ਇਹਨਾਂ ਨੂੰ ਜ਼ਮੀਨ ਦੇ ਮਾਲਕ ਵੀ ਬਣਾਵਾਂਗੇ ਪਰ ਹੁਣ ਅਸੀਂ ਅੱਜ ਫੈਸਲਾ ਕੀਤਾ ਕਿ ਜਿੰਨਿਆਂ ਕਿਸਾਨਾਂ ਨੇ ਜ਼ਮੀਨ ਛੱਡੀ ਹੈ ਅਗਲੇ 3 ਸਾਲਾਂ ਲਈ 20,000 ਰੁਪਈਆ ਪਰ ਏਕੜ ਜਿਹੜਾ ਠੇਕਾ ਲੀਜ਼ ਜਿਹਨੂੰ ਕਹਿੰਦੇ ਆ ਸਾਲ ਦਾ ਉਹ ਅਸੀਂ ਕੀਤਾ ਹਰ ਸਾਲ ਕਿਉਂਕਿ 20% ਇਨਕਰੀਜ ਹੋਣਾ ਹੁੰਦਾ 2,000 ਰੁਪਈਆ ਜਿਹੜਾ ਠੇਕਾ ਵਾਜੂਗਾ ਉਹ ਅਸੀਂ ਇਹਨਾਂ ਨੂੰ ਅੱਜ ਇਹ ਜ਼ਮੀਨ ਜਿਹੜੀ ਹੈ ਉਹ ਦਿੱਤੀ ਹੈ ਔਰ ਸਾਡਾ ਪੇਪਰ ਵਰਕ ਜਿਹੜਾ ਸਾਡੇ ਅਫਸਰ ਜਿਹੜੇ ਆ ਉਹ ਇਹਨਾਂ ਕਿਸਾਨਾਂ ਨਾਲ ਸਾਰਾ ਜਿਹੜਾ ਕੰਪਲੀਟ ਕਰ ਲੈਣਗੇ ਮੈਂ ਤੁਹਾਡੇ ਰਾਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਪੀਲ ਜਿਹੜੀ ਹੈ ਸਮੁੱਚੇ ਪੰਜਾਬੀਆਂ ਨੂੰ ਕਰਨਾ ਚਾਹੁੰਦਾ ਪਹਿਲਾਂ ਵੀ ਮਾਨ ਸਾਹਿਬ ਨੇ ਕਿਹਾ ਸੀਗਾ ਸਾਡਾ ਉਹ ਟਾਈਮ ਜਿਹੜਾ 31 ਮਈ ਨੂੰ ਖਤਮ ਹੋ ਜਾਣਾ ਸੀ ਪੁਰਾਣਾ ਖਰਚਾ ਅਤੇ ਨਵਾਂ ਪਰਚਾ ਪਰ ਪਿਛਲੇ ਦਿਨ ਹੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀਗੀ ਉਹ ਸਮਾਂ ਅਸੀਂ 30 ਜੂਨ ਤੱਕ ਕੀਤਾ 30 ਜੂਨ ਤੱਕ ਜਿਹੜੇ ਜਿਹੜੇ ਕਿਸਾਨ ਆਪੇ ਇੱਦਾਂ ਜ਼ਮੀਨਾਂ ਛੱਡ ਦੇਣਗੇ ਉਹਨਾਂ ਨੂੰ ਹਰ ਚੀਜ਼ ਦੇ ਵਿੱਚ ਪਹਿਲ ਦੇਵਾਂਗੇ 30 ਜੂਨ ਤੋਂ ਬਾਅਦ ਜਿਹਨੇ ਨਾ ਛੱਡੀ ਉਹਦੇ 'ਤੇ ਫਿਰ ਪੁਰਾਣਾ ਖਰਚਾ ਵੀ ਅਤੇ ਨਵਾਂ ਪਰਚਾ ਵੀ ਜੋ ਕੁਛ ਮਾਨ ਸਾਹਿਬ ਨੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਉਹ ਫਿਰ ਉਸ ਘੇਰੇ 'ਚ ਆ ਜਾਣਗੇ ਸੋ ਅੱਜ ਮੈਂ ਗੁਰਦਾਸਪੁਰ ਇਸ ਕਰਕੇ ਇਹਨਾਂ ਕਿਸਾਨਾਂ ਨੂੰ ਖੁਦ ਮਿਲਣ ਆਇਆ ਮੈਂ ਇੱਕ ਵਾਰ ਫਿਰ ਆਪਣੇ ਪਾਰਟੀ ਦੇ ਕਾਨੂੰਨ ਹਲਕਾ ਕਾਦੀਆਂ ਹਲਕੇ ਦੇ ਆਗੂ ਸਰਦਾਰ ਜਗਰੂਪ ਸਿੰਘ ਸ਼ੇਖਵਾਂ ਜੀ ਔਰ ਕਿਸਾਨ ਲੀਡਰ ਕਾਕੀ ਜੀ ਕਵਲਜੀਤ ਸਿੰਘ ਕਾਕੀ ਜੀ ਦਾ ਇਹਨਾਂ ਸਾਰੇ ਕਿਸਾਨਾਂ ਦਾ ਬਹੁਤ ਧੰਨਵਾਦੀ ਹੈ ਕਿ ਜਿਨ੍ਹਾਂ ਨੇ ਅੱਜ ਪਹਿਲਕਦਮੀ ਕਰਕੇ ਇਹ ਜ਼ਮੀਨ ਜਿਹੜੀ ਹੈ ਆਪ ਕਿਸਾਨਾਂ ਨੂੰ ਜਿਹੜੀ ਉਹ ਛੱਡੀ ਹੈ ਮੈਂ ਇਸ ਕਰਕੇ ਆਇਆ ਸੀ ਜੇ ਕੋਈ ਤੁਹਾਡਾ ਸਵਾਲ ਹੈ
ਉਹ ਤੁਸੀਂ ਕਰ ਸਕਦੇ। ਆਰਡੀਨੈਂਸ ਜਿਹੜਾ ਤੁਸੀਂ ਭੇਜਿਆ ਸੀ ਗਵਰਨਰ ਸਾਹਿਬ ਕੋਲ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਉਹਨਾਂ ਨੇ ਸਾਈਨ ਕੀਤਿਓ ਬਗੈਰ ਹੀ ਵਾਪਸ ਭੇਜਤਾ। ਉਹ ਕਹਿੰਦੇ ਕਿ ਵਿਧਾਨ ਸਭਾ ਦੇ ਇਜਲਾਸ 'ਚ ਪਹਿਲਾਂ ਕਾਨੂੰਨ ਬਣਾਓ ਫਿਰ ਲਿਆਓ। ਅਤੇ ਕੋਈ ਨਹੀਂ, ਕਾਨੂੰਨ ਬਣਾਉਣਾ ਕਿ ਫਿਰ ਕਿਉਂ ਬਣਾ ਦਾਂਗੇ ਜੀ ਕਾਨੂੰਨ। ਪਰ ਇੱਕ ਗੱਲ ਪੱਕੀ ਨੋਟ ਕਰ ਲਓ, ਇੱਕ ਐਮ ਐਲ ਏ ਨੂੰ ਇੱਕ ਪੈਨਸ਼ਨ ਮਿਲੂਗੀ ਜੀ, ਬਸ ਸੁਨਾਮ ਜੋ ਵੀ ਕਾਨੂੰਨ ਚ ਸੋਧ ਕਰਨੀ ਉਹ ਕਰ ਲਾਂਗੇ। ਸੁਨਾਮ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਹੀ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਲੱਗ ਗਏ, ਉਹਨੂੰ ਕਿੱਦਾਂ ਦੇਖੀਏ? ਬਿਲਕੁਲ ਗਲਤ ਹੈ, ਕਿਤੇ ਪੋਸਟਰ ਨਹੀਂ ਲੱਗੇ। ਐਵੇਂ ਉਹ ਸੋਸ਼ਲ ਮੀਡੀਆ ਵਾਲੇ ਵਿਰੋਧੀ ਜਿਹੜੇ ਆ, ਪਾਰਟੀ ਫੈਸਲਾ ਕਰੂਗੀ, ਜਿਹਨੂੰ ਟਿਕਟ ਦਊਗੀ ਸਭ ਲੋਕ ਉੱਥੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ। ਮਾਨਸਾ ਦੇ ਕੰਟਰੀ ਦੇ ਰਹੇ ਜੀ, ਹੁਣ ਤੋਂ ਪਹਿਲਾਂ ਮਾਈਨਿੰਗ ਦੇ ਬੜੇ ਬੜੇ ਵੱਡੇ ਦਾਅਵੇ ਇਹੀ ਜੀ। ਗੁਰਦਾਸਪੁਰ ਜਿਹੜਾ ਡਿਸਟ੍ਰਿਕਟ ਹੈ, ਮਾਈਨਿੰਗ ਦਾ ਗੜ ਮੰਨਿਆ ਜਾਂਦਾ, ਅੱਜ ਵੀ ਮਾਈਨਿੰਗ ਜਿਹੜੀ ਇੱਥੇ ਚੱਲ ਰਹੀ ਹੈ ਜੀ, ਇਹ ਕਦੋਂ ਤੱਕ ਇਹਦੇ ਉੱਤੇ ਨਕੇਲ ਪੈ ਜਾਏਗੀ? ਜੇ ਜਿੱਥੇ ਗਿਆ ਕਾਨੂੰਨੀ ਉਹ ਖੱਡ ਦੱਸੋ। ਸਰਕਾਰ ਦੀ ਪਾਲਿਸੀ ਹੈ, ਸਾਡੀਆਂ ਲੀਗਲ ਖੱਡਾਂ ਚੱਲ ਰਹੀਆਂ, ਨਵੀਆਂ ਹੋਰ ਖੱਡਾਂ ਅਗਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਉਹਦੀ ਪਾਲਿਸੀ ਤਿਆਰ ਕਰਦੇ, ਦੋ ਚਾਰ ਦਿਨ ਦੇ ਵਿੱਚ ਉਹ ਆ ਜਾਣਗੇ। ਇਹ ਮੈਂ ਤੁਹਾਨੂੰ ਇੱਕ ਗੱਲ, ਬਾਕੀ ਸਵਾਲ ਫੇਰ ਕਰਿਓ, ਮੇਰੀ ਗੱਲ ਧਿਆਨ ਨਾਲ ਸੁਣ ਲਓ, ਲਾਸਟ ਸਵਾਲ ਤੁਹਾਨੂੰ ਕਹਿਣ ਲੱਗੇ। ਮਾਨ ਸਾਹਿਬ ਦੀ ਸਰਕਾਰ 'ਚ ਨਾ ਰੇਤ ਮਾਫੀਆ, ਨਾ ਡਰੱਗ ਮਾਫੀਆ, ਨਾ ਟਰਾਂਸਪੋਰਟ ਮਾਫੀਆ, ਜਿੰਨੇ ਮਾਫੀ ਹੈ ਜੀ, ਅਜੇ ਤਾਂ 2 ਮਹੀਨੇ ਹੋਏ ਸਰਕਾਰ ਬਣੀ ਨੂੰ ਸਰ, ਜਿੰਨੇ ਮਾਫੀ ਹੈ ਇਹ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਖਤਮ ਕਰ ਦੇਣਗੇ। ਪ੍ਰਸ਼ਾਸਨ ਪੰਚਾਇਤੀ ਨਿਸ਼ਾਨਦੇਹੀ ਕਰਨ ਵਾਸਤੇ ਸਾਡੇ ਕਾਨੂੰਨ ਸ਼ੰਭ ਵਿੱਚ ਗਿਆ ਸੀ, ਔਰ ਕਾਨੂੰਨ ਸ਼ੰਭ ਇੱਕ ਇਤਿਹਾਸਿਕ ਧਰਤੀ ਹੈ ਜਿੱਥੇ ਸਾਡੇ ਸ਼ਹੀਦ ਸਿੰਘਾਂ ਦੇ ਯੁੱਧ ਹੋਇਆ, ਔਰ ਇੱਥੇ ਇਤਿਹਾਸ ਵਿੱਚ ਇਹਦੇ ਸ਼ੰਭ ਦਾ ਨਾਂ ਆ, ਔਰ ਇੱਥੇ ਸਾਡੇ ਲੋਕਾਂ ਨੇ, ਸਾਡੇ ਪਿੰਡਾਂ ਦੇ ਲੋਕਾਂ ਨੇ 1972 ਤੋਂ ਲੈ ਕੇ ਇਹ ਜ਼ਮੀਨਾਂ 'ਤੇ ਜਿਹੜੀ ਆਬਾਦ ਕੀਤੀਆਂ, ਕਿਉਂਕਿ ਸ਼ੰਭ ਹੁੰਦਾ ਸੀ, ਆਬਾਦ ਕੀਤੇ, ਇੱਥੇ ਬਹੁਤ ਵੱਡੇ ਕਾਹੀ ਦੇ ਬੂਟੇ ਹੁੰਦੇ ਸੀ, ਉਹ ਪੁੱਟ ਪੁੱਟ ਕੇ ਆਬਾਦ ਕਰਕੇ ਇਹਨਾਂ ਲੋਕਾਂ ਨੇ ਇਹ ਪੈਲੀ ਆਬਾਦ ਕੀਤੀ, ਔਰ ਉਦੋਂ ਨਹੀਂ ਸੀ ਪਤਾ ਵੀ ਇਹ ਪੰਚਾਇਤੀ ਪੈਲੀ ਹੈ ਜਾਂ ਕਿਹੜੀ ਪੈਲੀ ਹੈ, ਜਿਹੜਾ ਵੀ ਕਬਜ਼ਾ ਕਰ ਗਿਆ ਉਹ ਹੁੰਦੀ ਸੀ। ਔਰ ਸਾਡੀ ਇਹਨਾਂ 'ਤੇ ਕਈਆਂ ਕਿਸਾਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ, ਕਈਆਂ ਕਿਸਾਨਾਂ ਨੇ ਅੱਗੇ ਵੇਚਤੀ, ਕਈਆਂ ਕਿਸਾਨਾਂ ਨੇ ਇੱਥੇ ਲਿਮਟਾਂ ਬਣਾ ਲਈਆਂ। ਔਰ ਜਦੋਂ ਕੱਲ੍ਹ ਇੱਥੇ ਸਾਡਾ ਪ੍ਰਸ਼ਾਸਨ ਆਇਆ ਸੀ, ਸਾਡਾ ਉਹਨਾਂ ਨਾਲ ਬਹਿ ਕੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ, ਅਸੀਂ ਉਹਨਾਂ ਨਾਲ ਗੱਲ ਕੀਤੀ, ਪੁਲਿਸ ਬਹੁਤ ਆਈ ਸੀ, ਪਰ ਚਲੋ ਟਕਰਾਅ ਟਲ ਗਿਆ, ਗੱਲ ਹੋ ਗਈ। ਔਰ ਅੱਜ ਅਸੀਂ ਸਵੇਰੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਕਾਨੂੰਨ ਦੇ ਵਿੱਚ ਆਹ ਪ੍ਰੋਬਲਮ ਪਈ ਆ, ਸਾਡੀ ਆਹ ਪ੍ਰੋਬਲਮ ਆ, ਸਾਨੂੰ ਇਹ ਜਾਂ ਤਾਂ ਪੈਰੀਆਂ ਸਾਨੂੰ ਮੁੱਲ ਦਿੱਤੀਆਂ ਜਾਣ, ਜਾਂ ਸਾਨੂੰ ਰਿਲੀਜ਼ ਜਿਹੜੀ ਆ ਲੌਂਗ ਟਰਮ 'ਤੇ ਦਿੱਤੀ ਜਾਵੇ। ਫਿਰ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਮੈਂ ਹੀ ਤੁਹਾਡੇ ਕੋਲ ਆਪ ਆਵਾਂਗੇ, ਉਹਦਾ ਧੰਨਵਾਦ ਕਿ ਸਾਡੇ ਕੋਲ ਆਪ ਚੱਲ ਕੇ ਇੱਥੇ ਆਏ, ਔਰ ਸਾਡੇ ਨਾਲ ਜਦੋਂ ਬਹਿ ਕੇ ਤੁਹਾਡੇ ਸਾਹਮਣੇ ਗੱਲ ਮੁੱਕੀ ਆ ਕਿ 3 ਸਾਲ ਦੀ ਲੀਜ਼ ਸਾਡੇ ਕਿਸਾਨਾਂ ਨੂੰ ਦਿੱਤੀ ਹੈ, ਔਰ ਨਾਲ ਹੀ ਵਾਅਦਾ ਕੀਤਾ ਕਿ ਅਗਲੇ ਬਜਟ ਵਿੱਚ ਜਿਹੜੀ ਇਹ ਬਜਟ ਨੂੰ ਬਜਟ ਆਊਗਾ ਉਹਦੇ ਵਿੱਚ ਕਾਨੂੰਨ ਪਾਸ ਕਰਕੇ ਇਹ ਪੈਲੀ ਉਹਨਾਂ ਕਿਸਾਨਾਂ ਨੂੰ ਦਿੱਤੀ ਜਾਏਗੀ ਜਿਹਨਾਂ ਕਿਸਾਨਾਂ ਦਾ ਉੱਤੇ ਕਬਜ਼ਾ ਆ, ਅਸੀਂ ਉਹਦਾ ਧੰਨਵਾਦ ਕਰਦੇ ਹਾਂ ਕਲੈਕਟਰ ਰੇਟ ਨੂੰ। ਵੇਖੋ ਅੱਜ ਇਹਨਾਂ ਠੇਕੇ ਦੀ ਗੱਲ ਹੋਈ ਸੀ ਇੱਥੇ ਬਹਿ ਕੇ, 20,000 ਪਰ ਏਕੜ ਠੇਕੇ ਦੀ ਜਿਹੜੀ ਗੱਲ ਆ ਉਹ ਅੱਜ ਨਿਬੜੀ ਹੈ। ਜੇ ਮੰਨ ਲਓ ਅੱਜ ਜਿਸ ਤਰੀਕੇ ਨਾਲ ਤੁਹਾਡੀ ਰਜਾਮੰਦੀ ਹੋ ਗਈ, ਅਜੇ ਜੇ ਨਾ ਰਜਾਮੰਦੀ ਹੁੰਦੀ ਤਾਂ ਸਮਝਦੇ ਵੀ ਪ੍ਰਸ਼ਾਸਨ ਜਾਂ ਕਿਸਾਨਾਂ 'ਚ ਕਲੈਸ਼ ਵੱਧ ਸਕਦਾ? ਦੇਖੋ ਕਲੈਸ਼ ਵੱਧਦਾ ਸੀਗਾ, ਉਹਦਾ ਕਲੈਸ਼ ਅੱਜ ਵੇਖੋ ਜਿੱਦਾਂ ਸਵੇਰ ਦਾ ਟਾਈਮ ਸੀ ਸਾਡੇ ਪਿੰਡਾਂ ਦਾ, ਉੱਥੇ ਕਲੈਸ਼ ਵੱਧਦਾ ਸੀਗਾ, ਪਰ ਅਸੀਂ ਚਾਹੁੰਦੇ ਹਾਂ ਕਿ ਜੋ ਕੁਛ ਹੋਇਆ ਵੇਖੋ ਸੰਤੁਸ਼ਟ, ਵੇਖੋ ਜਿਹੜੀ ਸਾਨੂੰ ਉਹਨੇ ਮਾਲਕੀ ਹੱਕ ਦੇਣ ਦੀ ਗੱਲ ਕੀਤੀ ਹੈ, ਦੇਖੋ ਮੈਂ ਮੇਰੇ ਤੋਂ ਨਾਂ 'ਤੇ ਇੱਕ ਮਰਲਾ ਵੀ ਨਹੀਂ, ਦੇਖੋ ਜੇ ਤੁਸੀਂ ਸੋਚੋ ਮੈਂ ਆਪਣੀ ਲੜਾਈ ਲੜਦਾ, ਮੇਰੇ ਨਾਂ 'ਤੇ ਇੱਕ ਮਰਲਾ ਵੀ ਨਹੀਂ, ਮੈਂ ਇੱਕ ਮਰਲਾ ਵੀ ਪੰਚਾਇਤੀ ਜਮੈਨ ਮੇਰੇ ਕੋਲ ਨਹੀਂ ਹੈਗੀ, ਪਰ ਇਹ ਕਿਸਾਨ ਭਰਾ ਜਿਹਨਾਂ ਨੇ ਵਾਅਦ ਕੀਤੀ ਆ ਉਹਨਾਂ ਖੜਨਾ ਸਾਡਾ ਫਰਜ਼ ਆ। ਜੇ ਉਹਨਾਂ ਨੇ ਸਾਨੂੰ ਇਹ ਵਾਅਦਾ ਦਿੱਤਾ, ਇੱਕ ਮਿਨਿਸਟਰ ਆਣ ਕੇ ਵਾਅਦਾ ਕਰਕੇ ਗਿਆ ਕਿ ਮੈਂ ਅੱਗੇ ਕਾਨੂੰਨ ਪਾਸ ਕਰਕੇ ਤੁਹਾਨੂੰ ਹੀ ਪੈਲੀ ਦੇਵਾਂਗਾ, ਤੇ ਫਿਰ ਸਮਝਦੇ ਆ ਕਿ ਸਾਨੂੰ ਮੰਨ ਲੈਣਾ। ਹਾਂ ਬਿਲਕੁਲ ਖੁਸ਼ ਹੈ ਸਾਡੇ ਕਾਨੂੰਨ ਦੀ ਕਾਰਵਾਈ ਕਰੋ। ਦੇਖੋ ਇਹ ਤਾਂ ਉਹਨਾਂ ਦੇ ਸਾਨੂੰ ਕਿਹਾ ਵੀ ਅਗਲੇ ਬਜਟ 'ਚ ਅਸੀਂ ਪਾਸ ਕਰਕੇ ਦੇਵਾਂਗੇ।